ਬਜ਼ੁਰਗ ਔਰ ਦੀਪਲਾ ਸਾਹਿਬ ਦੀ ਕੁਰਬਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਸ਼੍ਰੀ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਗ੍ਰੰਥ ਧਾਮ ਕੇ ਗਿਆਨੀ ਹਰਪਾਲ ਸਿੰਘ ਜੀ ਅਖੰਡ ਪਾਠ ਸਾਹਿਬ ਦੀ ਸ਼ਰਧਾ ਸੁਰੂਪ ਧੰਨ ਸਤਨਾਮ ਕਰਤਾ ਪੁਰਖ ਅਕਾਲ ਵਾਹਿਗੁਰੂ ਸਾਹਿਬ ਜੀ ਜੈ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹਾਰਾਜ ਜੀ ਦੇ ਲਖਤੇ ਜਿਗਰ ਮਾਂ ਜੀਤੋ ਜੀ ਦੇ ਲਾਲ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਜਿਨ੍ਹਾਂ ਨੂੰ 10 ਪੋਹ ਨੂੰ ਕੈਦੀ ਬਣਾ ਕੇ ਸਰਹੰਦ ਦੀ ਧਰਤੀ 'ਤੇ ਲਿਆਂਦਾ ਗਿਆ 11 ਪੋਹ ਨੂੰ ਪਹਿਲੀ ਪੇਸ਼ੀ ਹੋਈ 12 ਪੋਹ ਨੂੰ ਦੂਸਰੀ ਪੇਸ਼ੀ ਹੋਈ ਅਤੇ 13 ਪੋਹ ਨੂੰ ਸ਼ਹੀਦੀ ਹੋਈ ਸ਼ਹੀਦੀ ਉਪਰੰਤ ਜੋ ਹਕੂਮਤ ਦਾ ਮਨਸਾ ਸੀ ਕਿ ਇਹ ਪਵਿੱਤਰ ਸਰੀਰ ਜਦੋਂ ਧਰਤੀ 'ਤੇ ਰੁਲਣਗੇ ਅਤੇ ਲੋਕ ਮਨਾਂ 'ਚ ਦਹਿਸ਼ਤ ਪੈਦਾ ਹੋਏਗੀ ਲੋਕ ਹਕੂਮਤ ਵਿਰੁੱਧ ਕੋਈ ਆਵਾਜ਼ ਨਹੀਂ ਉਠਾ ਸਕੇਗਾ ਸੋ ਇਸ ਮਨਸਾ ਦੇ ਨਾਲ ਐਸੀ ਸ਼ਰਤ ਰੱਖੀ ਗਈ ਜਿਹੜੀ ਨਾ ਪੂਰੀ ਹੋਣ ਵਾਲੀ ਹੋਵੇ ਕਿ ਸੋਨੇ ਦੀਆਂ ਅਸ਼ਰਫੀਆਂ ਨੂੰ ਖੜਿਆਂ ਕਰਕੇ ਖਰੀਦ ਕੇ ਧਰਤੀ ਫਿਰ ਤੁਸੀਂ ਸੰਸਕਾਰ ਕਰ ਸਕਦੇ ਹੋ ਸੋ ਗੁਰੂ ਘਰ ਦੇ ਅਨੰਨ ਪਿਆਰੇ ਸਿੱਖ ਦੀਵਾਨ ਟੋਡਰਮੱਲ ਜੀ ਨੇ ਆਪਣੀ ਸਾਰੀ ਸੰਪਤੀ ਦਾਅ 'ਤੇ ਲਾ ਕੇ ਵੇਚ ਵੱਟ ਕੇ ਉਹ ਧਰਤੀ ਦਾ ਟੁਕੜਾ ਦੁਨੀਆਂ ਦਾ ਮਹਿੰਗਾ ਟੁਕੜਾ ਖਰੀਦਿਆ ਸੋਨੇ ਦੀਆਂ ਸ਼ਰਫੀਆਂ ਖੜੀਆਂ ਕਰਕੇ ਫਿਰ ਤਿੰਨੋਂ ਸਰੀਰਾਂ ਦਾ ਇੱਕੋ ਚਿਖਾ ਦੇ ਉੱਤੇ ਦੀਵਾਨ ਟੋਡਰਮੱਲ ਜੀ ਨੇ ਅੰਤਿਮ ਸੰਸਕਾਰ ਕੀਤਾ ਸੋ ਉਸ ਸਥਾਨ ਦੇ ਉੱਤੇ ਜਿੱਥੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਂ ਗੁਜਰੀ ਜੀ ਦਾ ਸੰਸਕਾਰ ਕੀਤਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਲੱਖਾਂ ਦੀ ਗਿਣਤੀ 'ਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਸੋ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਸ਼੍ਰੀ ਜੋਤੀ ਸਰੂਪ ਸਾਹਿਬ ਪ੍ਰਾਰੰਭ ਹੋ ਗਏ ਨੇ ਸੱਚੇ ਸਾਹਿਬ ਜੀ ਦੀ ਰਹਿਮਤ ਨਾਲ ਲੋਕ ਸੇਵਾ ਵਿੱਚ ਲੰਗਰਾਂ ਰਾਹੀਂ ਹੋਰ ਆਪਣੇ ਆਪਣੀ ਵਿੱਤ ਅਨੁਸਾਰ ਸਭ ਜੁੱਟੇ ਹੋਏ ਆ 27 ਤਰੀਕ ਨੂੰ ਭੋਗ ਪੈਣਗੇ ਅਤੇ 27 ਤਰੀਕ ਨੂੰ ਪੂਰੇ 9 ਵਜੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਪਜੀ ਸਾਹਿਬ ਆਰੰਭ ਕਰ ਜਪਜੀ ਸਾਹਿਬ ਪੜ੍ਹ ਕੇ ਨਗਰ ਕੀਰਤਨ ਆਰੰਭ ਹੋਏਗਾ ਸੋਹਲਾ ਸਾਹਿਬ ਦਾ ਅੱਜ ਜੋ ਪਵਿੱਤਰ ਇਤਿਹਾਸ ਜੋੜ ਮੇਲਾ ਸ਼ਹਾਦਤ ਛੋਟੇ ਸਾਹਿਬਜ਼ਾਦਿਆਂ ਦੀ ਔਰ ਮਾਂ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਇਹ ਸਾਲਾਨਾ ਸਭਾ ਯਾਦ ਜਿਹੜੀ ਆ ਮਨਾਈ ਜਾ ਰਹੀ ਆ ਇਸ ਸੰਬੰਧ ਦੇ ਵਿੱਚ ਜਿਹੜਾ ਉਹਨਾਂ ਦੇ ਪਾਵਨ ਅਸਥਾਨ ਗੁਰਦੁਆਰਾ ਜੋਤੀ ਸਰੂਪ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ ਇਸ ਮੌਕੇ ਦੇ ਉੱਤੇ ਮੈਂ ਸਮੂਹ ਸਾਧ ਸੰਗਤ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਇਸ ਹਾਦਸੇ ਤੋਂ ਸ਼ਹਾਦਤ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਆ
ਅਸੀਂ ਵੀ ਆਪਣੇ ਪਰਿਵਾਰਾਂ ਵਾਲੇ ਹਾਂ, ਬੱਚਿਆਂ ਵਾਲੇ ਹਾਂ, ਔਰ ਇਸ ਅਦੁੱਤੀ ਸ਼ਹਾਦ ਦੇ ਉੱਤੇ ਆਓ ਅਸੀਂ ਪ੍ਰਣ ਕਰੀਏ ਕਿ ਆਪਣੇ ਬੱਚਿਆਂ ਨੂੰ ਸਿੱਖੀ ਵਿਰਸੇ ਦੇ ਨਾਲ, ਸਿੱਖ ਸਿਧਾਂਤ ਦੇ ਨਾਲ, ਬਾਣੀ ਔਰ ਬਾਣੇ ਦੇ ਨਾਲ ਜੋੜੀਏ, ਔਰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਆਪਣੇ ਪਰਿਵਾਰਾਂ ਨੂੰ ਕੱਢੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਜ ਮਹਾਨ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੀ ਮਹਾਨ ਪਵਿੱਤਰ ਯਾਦ ਨੂੰ ਹਰ ਸਾਲ ਦੀ ਤਰ੍ਹਾਂ ਅੱਜ ਸ਼ਹੀਦੀ ਜੋੜ ਮੇਲੇ ਦੀ ਜਿਹੜੀ ਆਰੰਭਤਾ ਉਹ ਹੋ ਚੁੱਕੀ ਹੈ। ਤੁਰਕੀ ਬਾਣੀ ਅਕਾਲੀ ਬਾਣੀ ਦੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਕੀਤੇ ਜਾ ਚੁੱਕੇ ਨੇ ਅਤੇ ਪਰਸੋਂ ਭੋਗ ਪਾਏ ਜਾਣਗੇ 9 ਵਜੇ, ਅਤੇ ਉਪਰੰਤ ਜਿਹੜਾ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਹੋਣੀ ਹੈ ਕਿ 1 ਵਜੇ ਦੇ ਕਰੀਬ ਇੱਥੇ ਨਗਰ ਕੀਰਤਨ ਪਹੁੰਚਣਾ ਹੈ ਅਤੇ ਸਮੁੱਚੇ ਸੰਸਾਰ ਭਰ ਦੀਆਂ ਸੰਗਤਾਂ ਨੂੰ ਵੀ ਅਤੇ ਇੱਥੇ ਵੀ 1 ਵਜੇ ਜਿਹੜਾ ਅਰਦਾਸ ਜਿਹੜਾ ਹੈ ਉਹ ਅਰਦਾਸਾ ਜਿਹੜਾ ਕੀਤਾ ਜਾਣਾ ਹੈ।